ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਕਿਵੇਂ ਹੋ? ਸਾਰੇ ਠੀਕ ਠਾਕ? ਵਧੀਆ, ਚੜ੍ਹਦੀ ਕਲਾ। ਆਪਾਂ ਬਣਾਵਾਂਗੇ ਜੀ ਅੱਜ ਚੱਪਣ ਕੱਦੂ। ਚੱਪਣ ਕੱਦੂ ਸਬਜ਼ੀ ਬਣਾਵਾਂਗੇ। ਦੁਪਹਿਰ ਦਾ ਟਾਈਮ ਹੋ ਗਿਆ, ਐਨੀ ਨੀਂਦ ਚੜ੍ਹੀ, ਅੱਖਾਂ ਵਿੱਚ ਆ ਜਾਂਦੀਆਂ ਨੇ। ਬਣਾਏ ਪਹਿਲਾਂ ਸਬਜ਼ੀ ਸੁਬਜ਼ੀ ਬਣਾ ਲਈ। ਮੈਂ ਵੀਡੀਓ ਬਣਾ ਕੇ ਹਟੀ ਹਾਂਗੀ ਅਤੇ ਇੱਕ ਵੀਡੀਓ ਹੋਰ ਬਣਾਉਂਦੀ ਹਾਂਗੀ ਪੰਜਾਬੀ ਕੋਰਨਰ ਵਾਸਤੇ। ਬਹੁਤ ਟਾਈਮ ਦਾ ਕੰਮ ਸਟੋਪ ਹੋਇਆ ਪਿਆ, ਕਾਫੀ ਮੈਸੇਜ ਵੀ ਆ ਰਹੇ ਨੇ ਵੀ ਤੁਸੀਂ ਕੰਮ ਸਟੋਪ ਕਰ ਰੱਖਿਆ ਜੀ, ਜਗ੍ਹਾ ਨਹੀਂ ਸੀ ਹੈ ਨਾ, ਇਸ ਕਰਕੇ ਵੀਡੀਓ ਵੀ ਨਹੀਂ ਬਣਦੀਆਂ ਸੀ। ਆਪਾਂ ਉਤਰਿਆਂ ਦੁਆਰਾ ਮੈਦਾਨ ਦੇ ਵਿੱਚ ਕੱਪੜਾ ਬਹੁਤ ਸਾਰਾ ਆਪਾਂ ਖਰੀਦ ਰੱਖਿਆ, ਹੁਣ ਠਾਹ ਵੀਡੀਓ ਠਾਹ ਕਰਾਂਗਾ ਆਵਾਂਗੀ, ਠੀਕ ਹੈ? ਵਾਧੂ ਵੀਡੀਓ ਪਾਵਾਂਗੀ। ਬਹੁਤ ਜ਼ਿਆਦਾ ਸੋਹਣੇ ਸੂਟ ਆਏ ਪਏ ਨੇ, ਤੁਸੀਂ ਔਡਰ ਕਰ ਸਕਦੇ ਹੋ। ਹੁਣ ਵਰਕ ਵਾਲੇ ਸੂਟਾਂ ਦੀ ਬਣਾਈ, ਇਸ ਤੋਂ ਬਾਅਦ ਪ੍ਰਿੰਟਡ ਸੂਟਾਂ ਦੀ ਬਣਾਉਂਗੀ। ਮੈਨੂੰ ਗੁਰਲੀਨ ਨਾਲ ਦੀ ਇੰਸਟਾਗ੍ਰਾਮ 'ਤੇ ਅਪਲੋਡ ਕਰ ਰਹੀ ਹੈਗੀ, ਜਿਨ੍ਹਾਂ ਦੀ ਵੀਡੀਓ ਬਣ ਜਾਂਦੀ ਉਹ ਇੰਸਟਾਗ੍ਰਾਮ 'ਤੇ ਅਪਲੋਡ ਕਰਨੇ ਹੁੰਦੇ ਨੇ, ਕਾਫੀ ਟਾਈਮ ਲੱਗ ਜਾਂਦਾ। ਜੇ ਅਸੀਂ ਕਰਦਾ ਤਾਂ ਜਮੀ ਰੁੱਸੇ ਦਾ ਨੱਕ ਨਹੀਂ ਵੱਢਦੀ। ਕੱਦੂ ਤੇਰੇ ਨਾਲ ਚੀਰੇ ਜਾਣਗੇ, ਪਿਆਜ ਨਹੀਂ ਚੀਰੇ। ਹਾਂ, ਦੋ ਮਿੰਟ ਪਹਿਲੇ ਮੈਂ ਰੀਲ ਨਹੀਂ ਬਣਾਈ ਸੀ ਜਿਹੜਾ ਆਂਟੀ ਟਾਈਮ ਆ ਰਹੀ ਆ, 70 ਲੋਕਾਂ ਨੇ ਦੇਖ ਵੀ ਲਈ। ਪਿਆਜ ਤਾਂ ਨਹੀਂ ਜਮੀ ਨਹੀਂ ਖੱਟਣੇ ਕੀ ਹੁੰਦਾ ਕਿ ਬੱਦਲ ਪਾਈ ਜੀ, ਇੱਕ ਵਾਰ ਧੁੱਪ 'ਚ ਨਿਕਲ ਗਈ, ਹੁਣ ਬੱਦਲ ਪਾਈ ਬਣੀ ਹੋਈ ਆ ਜੀ। ਮਸ਼ੀਨਾਂ ਤਾਂ ਨਹੀਂ ਚੱਲ ਰਹੀਆਂ ਕਿਉਂਕਿ ਲਾਂਗਾ ਗਿੱਲਾ ਹੋ ਗਿਆ ਰਾਤ ਵਾਲੀ ਮੀਂਹ ਜੀ ਨਾਲ। ਸਵੇਰੇ ਦਾ ਜੇ ਸੁੱਕ ਸਾਂਦਾ ਸਵੇਰ ਦੀ, ਹੁਣ ਬੱਦਲ ਪਾਈ ਜੀ ਹੋ ਜਾਂਦੀ ਹੈ, ਕਦੇ ਧੁੱਪ 'ਚ ਨਿਕਲ। ਇੱਕ ਵਾਰ ਧੁੱਪ ਨਿਕਲ ਸੀ, ਹੁਣ ਫਿਰ ਬੱਦਲ ਹੋਏ ਪੈਣ। ਰੋਟੀ ਖਾ ਪਕਾ ਕੇ ਬਾਜ਼ਾਰ ਜਾ ਆਈ। ਪਾਰਸਲ ਤਾਂ ਨਹੀਂ ਆਇਆ, ਕਾਫੀ ਪਾਰਸਲ ਕੱਢੇ ਪਏ, ਕੱਲ੍ਹ ਜਾਇਆ ਨਹੀਂ ਗਿਆ। ਮੈਂ ਤਾਂ ਅੱਖਾਂ ਮੀਚੀ ਜਾਂਦੀਆਂ, ਪਤਾ ਨਹੀਂ ਕੀ ਹੋ, ਉਸ ਤਾਂ ਦਿਨ ਹੀ ਪਤਾ ਨਹੀਂ ਏਸੀ ਵਾਲੇ ਆ ਗਏ, ਪਤਾ ਨਹੀਂ ਕੀ ਚੱਕਰ, ਮੈਨੂੰ ਨੀਂਦ ਚੜ੍ਹੀ ਜਾਂਦੀ ਹੈ। ਮਿਸਤਰੀ ਦਾ ਟਾਈਮ ਦੇਖ ਕੇ ਸੁਨੇਹੀ ਆਪਦਾ 1 ਵਜੇ ਬੈਠ ਜਾਂਦਾ ਵਿਚਾਰੇ, ਅੱਜ ਉਹਨਾਂ ਨੂੰ ਲੇਬਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਿਆ ਮਿਸਤਰੀ ਹੈ ਨਹੀਂ ਸੀ, ਉਹ ਚਲਾ ਗਿਆ, ਕਹਿੰਦਾ ਤੁਸੀਂ ਨਿਉਣਾ ਪੱਟ ਲਓ। ਹਾਂ, ਤਾਂ ਹੀ ਉਹਨਾਂ ਨੂੰ ਪਤਾ ਲੱਗਿਆ। ਮੈਂ ਕਿਹਾ ਮੈਂ ਬਈ 1:15 ਹੋ ਗਏ, ਮੈਂ ਤੁਸੀਂ ਅੱਜ ਬੈਠੇ ਕਾ, ਤੁਸੀਂ ਰੋਟੀ ਰੋਟੀ ਤੁਹਾਨੂੰ ਭੁੱਖ ਨਹੀਂ ਲੱਗੀ? ਕਹਿੰਦਾ ਅੱਛਾ ਜੀ, ਤੁਹਾਨੂੰ ਤਾਂ ਪਤਾ ਨਹੀਂ ਲੱਗਿਆ ਟਾਈਮ ਦਾ, ਹੁਣ ਬੈਠੇ ਨੇ। ਪਹਿਲੀ ਲੱਗ ਜਾਂਦੀ ਅੱਛੀ ਜੀ, ਚੁੱਪ ਕਰਕੇ ਆਪਦੇ ਕੰਮ ਲੱਗ ਰਹੇ ਜੀ। ਬੱਚਿਆਂ ਜੋਗਿਆ ਲੋਬੀਆ ਪਿਆ, ਇਹ ਚੱਪਣ ਕੱਦੂ ਨਹੀਂ ਖਾਂਦੇ ਹੈਗੇ। ਅੱਧੇ ਲੋਕ ਇਹਨੂੰ ਦੁੱਧ ਪਾ ਕੇ ਬਣਾ ਲੈਂਦੇ ਨੇ ਚੱਪਣ ਕੱਦੂਆਂ ਨੂੰ, ਕਿਸੇ ਦੁੱਧ ਪਾ ਕੇ ਕੀ ਚੰਗਾ ਲੱਗੂ? ਕੀ ਬਣਾ ਰਹੇ? ਚੱਪਣ ਕੱਦੂ ਕੱਲ ਵਾਲਾ ਲੋਬੀਆ ਵੀ ਪਿਆ। ਕਰਾਰੀ ਸਬਜ਼ੀ ਬਣਾਵਾਂਗੇ ਇਹਦੀ, ਮੈਂ ਮੂੰਹ ਜਿਹਾ ਕਰਾਰਾ ਹੋ ਜਾਏ, ਹੋਰ ਹੀ ਐਂ ਹੋਇਆ ਪਿਆ ਜਿਵੇਂ ਬਿਮਾਰ ਹੋਏ ਹੁੰਦੇ ਆ, ਪਤਾ ਨਹੀਂ ਕੀ ਹੋ ਗਿਆ। ਲੋ ਵੀ ਸਬਜ਼ੀ ਆਪਾਂ ਰੱਖ ਦਿੱਤੀ ਹੈ ਬਣਨ ਵਾਸਤੇ, ਅਤੇ ਮੈਂ ਕਮਲ ਕੁੱਟ ਲਿਆ, ਮੈਂ ਚਲੋ ਛੋਟੇ 'ਚ ਬਣਾ ਲੈਣਾ, ਕੁਛ ਜ਼ਿਆਦਾ ਹੀ ਛੋਟਾ, ਉੱਧਰ ਆਟਾ ਗੁੰਨ ਕੇ ਰੱਖ ਲਿਆ। ਅਤੇ ਹੁਣ ਮੈਂ ਕੀ ਕਰਨਾ ਸੀ, ਘਿਓ ਗਰਮ ਕਰਨਾ,
ਆਪਾਂ ਜੇ ਰਿੜਕਦੇ ਹੁੰਦੇ ਹੈਗੇ ਦੁੱਧ ਦੀ ਮਲਾਈ ਹੁੰਦੀ ਹੈ ਜਿਹੜੀ ਦੁੱਧ ਨੂੰ ਉਬਾਲੀ ਜਿੰਨਾ ਵੀ ਆਪਣਾ ਦੁੱਧ ਹੁੰਦਾ ਹੈ ਨਾ ਉਹਨੂੰ ਉਬਾਲੀ ਦੇ ਕੇ ਰੱਖ ਲੈਂਦੇ ਹਾਂ ਇਸ ਤਰ੍ਹਾਂ ਦੇ ਧੁੱਸਕ ਜੇ ਇਸ ਤਰ੍ਹਾਂ ਖੁੱਲ੍ਹਾ ਭਾਂਡੇ ਦੇ ਵਿੱਚ ਅਤੇ ਜਿਵੇਂ ਸਵੇਰੇ ਦਿੰਦੇ ਹਾਂ ਮੱਝ ਦੁੱਧ ਠੰਡਾ ਕਰਕੇ ਫਿਰ ਉਹਨੂੰ ਫਰਿੱਜ 'ਚ ਰੱਖ ਦਿੰਦੇ ਹਾਂ ਅਗਲੇ ਦਿਨ ਸਵੇਰੇ ਉਹਦੀ ਸਾਰੀ ਮਲਾਈ ਲਾ ਲੈਂਦੇ ਹਾਂ ਫਿਰ ਹਫ਼ਤੇ ਬਾਅਦ ਵਧੀਆ ਕਾਫੀ ਘਿਓ ਬਣ ਜਾਂਦਾ ਜੀ ਜਦੋਂ ਉਹ ਤੜਕਣੀ ਭਰ ਜਾਂਦੀ ਹੈ ਕੜਾਹੀ ਆਪਣੇ ਕੋਲ ਐਡੀ ਸਾਰੀ ਉਹ ਭਰ ਜਾਂਦੀ ਹੈ ਨਾ ਮਲਾਈ ਦੇ ਨਾਲ ਉਹ ਘਿਓ ਬਣਾ ਲੈਂਦੇ ਹਾਂ ਜਿੰਨਾ ਵੀ ਆਪਾਂ ਉਹ ਕਰਦੇ ਹਾਂਗੇ ਦੁੱਧ ਵਰਤਦੇ ਹਾਂ ਚਾਹੇ ਦਹੀਂ ਨੂੰ ਵਰਤੀਏ ਜਾਂ ਚਾਹ ਨੂੰ ਉਬਲਿਆ ਹੋਇਆ ਦੁੱਧ ਵਰਤਦੇ ਹਾਂ ਇੱਕ ਲੀਟਰ ਮੈਂ ਕੱਚਾ ਰੱਖ ਲੈਂਦੀ ਹਾਂ ਜਵਾਕ ਠੰਡੀ ਲੱਸੀ ਪੀਂਦੇ ਨੇ ਆਪਣੇ ਉਬਲੇ ਹੋਏ ਦੁੱਧ ਦੀ ਨਹੀਂ ਪੀਂਦੇ ਉਹ ਬਾਕੀ ਆਪਾਂ ਸਾਰਾ ਉਬਾਲਦੇ ਹਾਂ ਲਓ ਜੀ ਆਪਾਂ ਨਾਲੇ ਘਿਓ ਆਪਾਂ ਕੱਢ ਲੈਂਦੇ ਨਾ ਆਪਾਂ ਤੁਹਾਡੇ ਨਾਲ ਕੁਛ ਨਾ ਕੁਛ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਪਤਾ ਜਿਹੜਾ ਪਹਿਲਾਂ ਵਾਲਾ ਟਾਈਮ ਸੀ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਬਹੁਤ ਸਾਰੀਆਂ ਮੱਝਾਂ ਹੁੰਦੀਆਂ ਸੀ ਕਾੜਨੀ ਦੇ ਵਿੱਚ ਦੁੱਧ ਰੱਖਿਆ ਜਾਂਦਾ ਸੀ ਅਤੇ ਸਵੇਰ ਨੂੰ ਫਿਰ ਉਹ ਦੁੱਧ ਰਿੜਕ ਕੇ ਉਹਦਾ ਘਿਓ ਬਣਾਇਆ ਜਾਂਦਾ ਸੀ ਸ਼ਾਮ ਨੂੰ ਜਾਗ ਲਾ ਕੇ ਰੱਖ ਦਿੰਦੇ ਅਤੇ 4 ਵਜੇ ਦਾ ਟਾਈਮ ਹੁੰਦਾ ਸੀ ਜਦੋਂ ਸਾਰੇ ਜਾਣੇ ਉਹ ਤੌੜੀ ਵਾਲਾ ਦੁੱਧ ਪੀਂਦੇ ਕੋਈ ਗੁੜ ਖਾ ਲੈਂਦਾ ਤੌੜੀ ਵਾਲੇ ਦੁੱਧ ਦੇ ਨਾਲ ਅਤੇ ਕੋਈ ਇਕੱਲਾ ਦੁੱਧ ਪੀਂਦਾ ਹੈ ਨਾ ਜਾਂ ਘਰ ਦੇ ਵਿੱਚ ਪੰਜੀਰੀ ਵਗੈਰਾ ਹੁੰਦੀ ਸੀ ਅਗਲਾ ਉਹ ਖਾ ਲੈਂਦਾ ਅਤੇ ਉਹ ਵਾਲਾ ਟਾਈਮ ਐਸਾ ਸੀ ਜੀ ਜਦੋਂ ਸਾਰੇ ਜਾਣੇ ਬਹੁਤ ਜ਼ਿਆਦਾ ਮਿਹਨਤ ਕਰਦੇ ਸੀ ਮਸ਼ੀਨੀ ਯੁੱਗ ਘੱਟ ਸੀ ਜ਼ਿਆਦਾ ਕੰਮ ਜਿਹੜਾ ਹੱਥਾਂ ਨਾਲ ਹੁੰਦਾ ਸੀ ਅਤੇ ਸਾਰੇ ਕੰਮ ਕਰਕੇ ਖੁਸ਼ ਸੀ ਨਾ ਜ਼ਿਆਦਾ ਫਰਿੱਜ ਸੀ ਨਾ ਜ਼ਿਆਦਾ ਕੂਲਰ ਸੀ ਨਾ ਹੀ ਏਸੀ ਸੀ ਏਸੀ ਤਾਂ ਬਿਲਕੁਲ ਹੀ ਨਹੀਂ ਸੀ ਹਜੇ ਕੂਲਰ ਤਾਂ ਕਿਸੇ ਦੇ ਘਰ ਆ ਗਏ ਹੋਣਗੇ ਅਤੇ ਜ਼ਿਆਦਾਤਰ ਹੈਗੇ ਸੀ ਦਾਤੀ ਫਰੇ ਪੱਖੇ ਜੋ ਮੈਂ ਵੀ ਇਹ ਟਾਈਮ ਵੇਖਿਆ ਦਾਤੀ ਫਰੇ ਪੱਖੇ ਉਸ ਤੋਂ ਬਾਅਦ ਫਰਾਟਾ ਪੱਖਾ ਆਇਆ ਸੀ ਕੂਲਰ ਦੇ ਫਰਾਂ ਵਾਲਾ ਉਸ ਤੋਂ ਬਾਅਦ ਕਿਤੇ ਜਾ ਕੇ ਕੂਲਰ ਮਿਲਿਆ ਸੀ ਅਤੇ ਉਦੋਂ ਨਾ ਪਤਾ ਪਸੀਨਾ ਨਿਕਲਦਾ ਸੀ ਕੰਮ ਲੋਕ ਕਰਦੇ ਸੀ ਅਤੇ ਦੁੱਧ ਪੀਣਾ ਘਿਓ ਖਾਣੇ ਲੱਸੀਆਂ ਪੀਣਾ ਇਹ ਆਮ ਖੁਰਾਕ ਸੀ ਘਰਾਂ ਦੇ ਵਿੱਚ ਹੁਣ ਵੀ ਮੈਂ ਨਹੀਂ ਕਹਿੰਦੀ ਕਾਫੀ ਘਰਾਂ ਦੇ ਵਿੱਚ ਕਾੜਨੀ ਦੇ ਵਿੱਚ ਦੁੱਧ ਰੱਖਿਆ ਜਾਂਦਾ ਹੋਊਗਾ ਲੱਸੀ ਬਣਾਉਣ ਦੇ ਲਈ ਅਸੀਂ ਐਸੀ ਮਾਡਰਨ ਦੌੜ ਵੱਲ ਭੱਜ ਤੁਰੇ ਜੀ ਡੰਗਰ ਨੇ ਜਿਹੜੇ ਪਸ਼ੂ ਨੇ ਕੀਲਿਆਂ ਤੋਂ ਸਾਡੇ ਖੁੱਲ੍ਹ ਗਏ ਠੀਕ ਹੈ ਜੀ ਕਾੜਨੀ ਵਾਲੇ ਦੁੱਧ ਤੋਂ ਆ ਮੇਰੇ ਵਰਗੀ ਵੱਡੀ ਸਿਆਣੀ ਬਣ ਜਾਂਦੀ ਹੈ ਵੀ ਨਾ ਆਪਾਂ ਕੰਜੂਸੀ ਕਰਾਂਗੇ ਨਾ ਦੁੱਧ ਉਸ ਦੀ ਚਾਹ ਕਰਾਂਗੇ ਉਸੇ ਨੂੰ ਆਪਾਂ ਉਹ ਕਰਾਂਗੇ ਦਹੀਂ ਚ ਮਾ ਲਾਂਗੇ ਉਸ ਨੂੰ ਪੀ ਲਾਂਗੇ ਮਲਾਈ ਦਾ ਆਪਾਂ ਘਿਓ ਬਣਾ ਲਾਂਗੇ ਮੈਂ ਵੀ ਫਿਰ ਮੇਰੇ ਵਰਗੀਆਂ ਮੱਤਾਂ ਵੀ ਦਿੰਦੀਆਂ ਨੇ ਯੂਟਿਊਬ ਦੇ ਉੱਪਰ ਆ ਕੇ ਵੀ ਤੁਸੀਂ ਨਾ ਦੁੱਧ ਸਾਂਭਲੋਗੇ ਨਾ ਤੁਸੀਂ ਇਹਦੇ ਵਿੱਚੋਂ ਇੰਨਾ ਕਰ ਲਉਂਗੇ ਕੀ ਗੱਲ ਹੋ ਗਈ ਜੀ ਕਿਉਂਕਿ ਸਾਡੇ ਖਾਣੇ ਪਾਣੇ ਨੇ ਜਿਹੜੇ ਬਾਜ਼ਾਰ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਆਉਣੀਆਂ ਸ਼ੁਰੂ ਹੋ ਗਈਆਂ ਹਨ ਕੰਮ ਆ ਸਾਡਾ ਘੱਟ ਗਿਆ ਜੀ ਪਸੀਨਾ ਨਿਕਲਣਾ ਸਾਡਾ ਬੰਦ ਹੋ ਗਿਆ ਜਿਹੜੀਆਂ ਸਾਡੀਆਂ ਦਾ ਸਾਰਾ ਕੁਛ ਸਬਜ਼ੀਆਂ ਵਗੈਰਾ ਸਾਡੀਆਂ ਰੇਹਾਂ ਸਪਰੇਹਾਂ ਦੀਆਂ ਹੋ ਗਈਆਂ ਇੱਥੇ ਤੱਕ ਮੱਕੀ ਨੂੰ ਵੀ ਇੰਨੇ ਇੰਨੀਆਂ ਸਪਰੇਹਾਂ ਹੁੰਦੀਆਂ ਨੇ ਅਤੇ ਉਹੀ ਮੱਕੀ ਕੱਖ ਕੰਡਾ ਖਾ ਕੇ ਅਸੀਂ ਪਸ਼ੂਆਂ ਤੋਂ ਦੁੱਧ ਲੈਂਦੇ ਹਾਂ ਅਤੇ ਉਹੀ ਦੁੱਧ ਅਸੀਂ ਪੀਂਦੇ ਹਾਂ ਸਾਡੇ ਵਿੱਚ ਕਿੱਥੋਂ ਤਾਕਤ ਆਉਣਗੀਆਂ ਰਹਿੰਦੀ ਖੂੰਹ ਦੀ ਕਸਰ ਪੂਰੀ ਕਰਤੀ ਮੱਕੀ ਦੇ ਅਚਾਰ ਨੇ ਤਾਜ਼ਾ ਹਰਾ ਪਾਉਂਦੇ ਪਾਉਂਦੇ ਪਤਾ ਨਹੀਂ ਕਦੋਂ ਦੇ ਪੰਜਾਬ ਦੇ ਲੋਕਾਂ ਨੂੰ ਐਂ ਹੋ ਗਿਆ ਜੀ ਸਿਆਲ 'ਚ ਬਰਸੀਨ ਵੱਢਣਾ ਔਖਾ ਹੈ ਅਸੀਂ ਮੱਕੀ ਦੇ ਅਚਾਰ 'ਤੇ ਆ ਗਏ ਅਤੇ ਗੁੱਸਾ ਨਾ ਕਰਿਓ ਕੁਛ ਭੈਣ ਭਾਈ ਇੱਥੇ ਅਚਾਰ ਵੀ ਪਾਉਂਦੇ ਹੋਣਗੇ ਮੱਕੀ ਦਾ ਹੈ ਨਾ ਪਰ ਇਹ ਨਾ ਅਸੀਂ ਆਪਣੇ ਆਪ ਨੂੰ ਪਤਾ ਨਹੀਂ ਕਿਹੜੀ ਸਾਈਡ ਲੈ ਕੇ ਜਾ ਰਹੇ ਹਾਂ ਜੀ ਇਹ ਅਤੇ ਇਸ ਕਰਕੇ ਪਹਿਲਾਂ ਕਾੜਨੀ ਵਾਲਾ ਦੁੱਧ ਹੁੰਦਾ ਸੀ ਲੱਸੀਆਂ ਮੱਖਣੀਆਂ ਅਤੇ ਹੋਰ ਵੀ ਹੈ ਨਾ ਜਿਸ ਤਰ੍ਹਾਂ ਲੋੜਵੰਦ ਹੁੰਦਾ ਸੀ ਕੋਈ ਭੈਣ ਭਾਈ ਲੱਸੀ ਲੈ ਜਾਂਦਾ ਸੀ ਆ ਕੇ ਕੋਈ ਆ ਜਾਂਦਾ ਹੈ ਨਾ ਜਿਵੇਂ ਮਾੜਾ ਮੰਗਤਾ ਆ ਜਾਂਦਾ ਕੋਈ ਮੰਗਣ ਉਹਨੂੰ ਵੀ ਲੱਸੀ ਦਿੱਤੀ ਜਾਂਦੀ ਭਾਈ ਤੂੰ ਲੈ ਜਾ ਹੈ ਨਾ ਹੁਣ ਐਡੇ ਐਡੇ ਜਿਮੀ ਪਰਦਾਰ ਪਰਿਵਾਰਾਂ ਦੇ ਵਿੱਚ ਜੀ ਮੇਰੇ ਵਰਗੀ ਦੇ ਕੋਲ ਵੀ 2 ਮੱਝਾਂ ਰੱਖੀਆਂ ਹੋਈਆਂ ਨੇ 8-8 10-10 ਮੱਝਾਂ ਹੁੰਦੀਆਂ ਸਭ ਨੇ ਕੀਲੇ ਤੋਂ ਖਿਲਾ ਦਿੱਤੀਆਂ ਅਤੇ ਚਾਹੇ ਤਾਂ ਇਹਨੂੰ ਤੁਸੀਂ ਕਹੋ ਵੀ ਅਸੀਂ ਸਿਆਣੇ ਸਮਝ ਲਈਏ ਜਾਂ ਅਸੀਂ ਬਹੁਤ ਸਿਆਣੇ ਹੋ ਗਏ
ਜਾਂ ਅਸੀਂ ਮਤਲਬ ਕਿ ਹੁਣ ਸਿੱਖ ਗਏ ਹੈ ਨਾ ਵੀ ਫੈਟ ਫਰੀ ਫਰੀ ਦੁੱਧ ਪੀਓ, ਪਨੀਰ ਵੀ ਫੈਟ ਫਰੀ ਅਤੇ ਦਹੀਂ ਵੀ ਫੈਟ ਫਰੀ, ਇਹ ਅਸੀਂ ਗੱਲਾਂ 'ਤੇ ਆ ਗਏ ਜਾਂ ਕਿਵੇਂ ਵੀ ਕਹਿ ਲਓ, ਅਸੀਂ ਮਾਡਰਨ ਜਿੰਨਾ ਆਪਾਂ ਮਾਡਰਨ ਹੋਈ ਜਾਵਾਂਗੇ ਜੀ ਉਨੀ ਅਸੀਂ ਸਿਹਤ ਪੱਖੋਂ ਅਤੇ ਸਾਡੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੇ ਜਾਵਾਂਗੇ। ਠੀਕ ਹੈ, ਚਲੋ ਕੋਈ ਗੱਲ ਨਹੀਂ ਜੀ, ਮੈਂ ਤੁਹਾਡੇ ਨਾਲ ਗੱਲਾਂ ਕਰਦੀ ਹਾਂ ਇੱਥੋਂ, ਮੈਂ ਆਪਣੀ ਰੀਅਲ ਆਵਾਜ਼ ਬੰਦ ਕਰ ਦਿੱਤੀ ਸੀ ਕਿਉਂਕਿ ਮੈਂ ਤੁਹਾਨੂੰ ਕੁਛ ਨਾ ਕੁਛ ਗੱਲਾਂ ਕਰਨੀਆਂ ਚਾਹੁੰਦੀ ਸੀ, ਪਰ ਮੈਂ ਮੁਬਾਰਕਬਾਦ ਦੇਣਾ ਚਾਹੂੰਗੀ ਉਹਨਾਂ ਭੈਣਾਂ ਨੂੰ, ਉਹਨਾਂ ਘਰਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਵੀ ਤੌੜੀ ਦੇ ਵਿੱਚ ਹਾਰੇ ਦੇ ਵਿੱਚ ਕਾੜ੍ਹਨੀ ਵਾਲਾ ਦੁੱਧ ਟਿਕਦਾ ਅਤੇ 4 ਵਜੇ ਦੁੱਧ ਪੀਤਾ ਜਾਂਦਾ ਅਤੇ ਸਵੇਰ ਨੂੰ ਉਹਦੀ ਲੱਸੀ ਬਣਦੀ ਹੈ, ਰੋਜ਼ ਮੱਖਣ ਤਾਜ਼ਾ ਨਿਕਲਦਾ, ਮੈਂ ਸਲਿਊਟ ਕਰਦੀ ਹਾਂ ਉਹ ਘਰਾਂ ਨੂੰ ਜੀ ਜਿੱਥੇ ਅੱਜ ਵੀ 8-8 ਡੰਗਰ ਖੜ੍ਹੇ ਨੇ। ਬਹੁਤ ਵਧੀਆ ਗੱਲ ਹੈ, ਜੇ ਤੁਸੀਂ ਰੱਖ ਸਕਦੇ ਹੋ ਤਾਂ ਜ਼ਰੂਰ ਰੱਖੋ ਜੀ, ਅਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੀਆਂ ਭੈਣਾਂ ਰਹਿੰਦੀਆਂ ਨੇ, ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਜੀ, ਔਖੇ ਰੱਖੋ ਸੌਖੇ ਰੱਖੋ, ਪਲੀਜ਼ ਆਪਣੇ ਡੰਗਰ ਕੀਲੇ ਤੋਂ ਨਾ ਖਲਵਾਓ। ਮੇਰਾ ਬਹੁਤ ਜੀ ਕਰਦਾ, ਮੈਂ ਜਦੋਂ ਔਖੀ ਹੁੰਦੀ ਹਾਂ ਵੀ ਮੱਝਾਂ ਵੇਚ ਦਿੰਦੇ ਹਾਂ, ਮੇਰਾ ਬਿਜ਼ਨਸ ਹੈਗਾ, ਅਤੇ ਹੁਣ ਪਿੱਛੇ ਜੇ ਮੈਂ ਆਪਣੀ ਜੋਬ ਇਸ ਕਰਕੇ ਛੱਡੀ ਆ ਕਿਉਂਕਿ ਮੈਂ ਆਪਣੀ ਕੀਲੇ ਤੋਂ ਮੱਝਾਂ ਨਹੀਂ ਖਲਾਉਣੀਆਂ ਚਾਹੁੰਦੀ ਸੀ, ਮੈਨੂੰ ਆਪਸ਼ਨ ਆ ਗਏ ਸੀ ਵੀ ਜਾਂ ਤੂੰ ਮੱਝਾਂ ਵੇਚਦੇ ਫਿਰ ਜੇ ਜੋਬ 'ਤੇ ਬਿਜ਼ਨਸ ਇਕੱਠੇ ਕਰਨੇ ਨੇ, ਪਰ ਇੱਥੇ ਮੈਂ ਆਪਣੀਆਂ ਕਿਹਾ ਮੈਂ ਨਹੀਂ, ਮੈਂ ਮੱਝਾਂ ਨਹੀਂ ਕੀਲੇ ਤੋਂ ਖਲਾਉਣੀਆਂ, ਚਾਹੇ ਮੈਂ ਔਖੀ ਰੱਖਾਂ ਚਾਹੇ ਸੌਖੀ। ਹੁਣ ਵੀ ਸਾਨੂੰ ਕਹਿ ਦਿੰਦੇ ਨੇ ਵੀ ਤੁਹਾਡੀ ਹੁਣ ਜਦੋਂ ਕੋਠੀ ਬਣ ਜੂਗੀ, ਨਵਾਂ ਘਰ ਬਣ ਜੂਗਾ, ਉੱਥੇ ਮੱਝਾਂ ਦਾ ਗੋਹਾ ਬੁਰਾ ਲੱਗੂ, ਕੋਈ ਗੱਲ ਨਹੀਂ, ਮੱਝਾਂ ਨੂੰ ਥਾਂ ਨਵਾਂ ਕਰ ਲਾਂਗੇ, ਪਰ ਮੈਂ ਕਹਿੰਦੀ ਹਾਂ ਵੀ ਜਿੰਨੇ ਯੋਗੇ ਤੁਸੀਂ ਹੈਗੇ ਹੋ ਮੱਝਾਂ ਕਦੇ ਵੀ ਕੀਲੇ ਤੋਂ ਨਾ ਖਲਾਓ ਜੀ, ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਆ ਗਈ। ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਦੁੱਧ ਤਾਂ ਘੱਟੋ ਘੱਟ ਸਹੀ ਤਰੀਕੇ ਦਾ ਪਿਆ ਲਓ, ਹੈ ਨਾ, ਤੁਸੀਂ ਆਪਣੇ ਹੱਥੀਂ ਦੁੱਧ ਮੱਝਾਂ ਨੂੰ ਕੀ ਖਲ ਫੀਡ ਪਾ ਕੇ ਦੁੱਧ ਚੋਣਿਓ, ਤੁਹਾਨੂੰ ਲੱਗੂ ਤਾਂ ਹੈਗਾ ਵੀ ਚਲੋ ਕੋਈ ਗੱਲ ਨਹੀਂ, ਸਾਡਾ ਜਿਹੜਾ ਦੁੱਧ ਆ ਪਿਓਰ ਹੈ, ਜਿਹੜਾ ਤੁਸੀਂ ਬਾਹਰੋਂ ਦੁੱਧ ਲੈ ਕੇ ਆਉਂਦੇ ਹੋ, ਹੈ ਨਾ, ਕੋਈ ਪਤਾ ਨਹੀਂ ਉਹਦੇ ਵਿੱਚ ਕੀ ਮਿਲਾਵਟ ਹੈ। ਜੇ ਤੁਹਾਡੀ ਮਜਬੂਰੀ ਹੈ, ਸਾਰਿਆਂ ਦੀ ਕੁਛ ਨਾ ਕੁਛ ਮਜਬੂਰੀ ਹੁੰਦੀ ਹੈ, ਸਾਰੇ ਡੰਗਰ ਰੱਖ ਵੀ ਨਹੀਂ ਸਕਦੇ, ਤਾਂ ਤੁਸੀਂ ਇਹ ਯਕੀਨੀ ਬਣਾਓ ਜਿਹਦੇ ਘਰ ਮੱਝਾਂ ਰੱਖੀਆਂ ਨੇ, ਕਿਸੇ ਕਿਸਾਨ ਤੋਂ ਤੁਸੀਂ ਸਿੱਧਾ ਦੁੱਧ ਲੈ ਲਓ, ਵਿੱਚ ਵਿਚਾਲੇ ਵਾਲੇ ਵਿਚੋਲਿਆਂ ਵੱਲ ਨਾ ਜਾਓ, ਜਾਂ ਜਿਹੜਾ ਵੀ ਤੁਹਾਨੂੰ ਕੋਈ ਹੈ ਨਾ ਢੋਲ ਵਾਲਾ ਵੀ, ਜੇ ਤੁਹਾਨੂੰ ਲੱਗਦਾ ਵੀ ਇਹ ਦੁੱਧ ਸਹੀ ਦੇਊਗਾ ਜੀ, ਕਿਉਂਕਿ ਸਭ ਤੋਂ ਜ਼ਿਆਦਾ ਮਿਲਾਵਟ ਦੁੱਧ ਦੇ ਵਿੱਚ ਹੋ ਰਹੀ ਹੈ, ਜਿੰਨੀ ਜ਼ਿਆਦਾ ਦੁੱਧ ਦੀ ਖਪਤ ਹੈ ਜੀ, ਪੈਦਾਵਾਰ ਉਸ ਤੋਂ ਅੱਧੀ ਵੀ ਨਹੀਂ। ਅਸੀਂ ਬੜੇ ਚਾਅ ਨਾਲ ਬਾਜ਼ਾਰ ਤੋਂ ਬਰਫੀ ਲੈ ਕੇ ਆਉਂਦੇ ਹਾਂ ਜੀ, ਬੜੀ ਸਸਤੀ ਹੈ, 300 ਰੁਪਏ ਕਿਲੋ ਮਿਲਦੀ ਹੈ, ਪਰ ਉਹ 300 ਰੁਪਏ ਕਿਲੋ ਸਾਨੂੰ ਪਿਓਰ ਦੁੱਧ ਦੀ ਬਰਫੀ ਨਹੀਂ, ਸਾਨੂੰ ਪਿਓਰ ਜ਼ਹਿਰ ਮਿਲਦੀ ਹੈ। ਇਸ ਕਰਕੇ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਿਆ ਜਾਵੇ। ਤਾਂ ਹੀ ਹੁਣ ਪਤਾ ਕਹਿ ਰਹੇ ਨੇ ਜੀ ਦੁੱਧ ਬੰਦ ਕਰ ਦਿਉ, ਡੇਅਰੀ ਪ੍ਰੋਡਕਟ ਬੰਦ ਕਰ ਦਿਉ, ਜੇ ਤੁਸੀਂ ਆਪਣੀ ਸਿਹਤ ਗੁੱਡ ਕਰਨੀ ਹੈ। ਡੇਅਰੀ ਪ੍ਰੋਡਕਟ ਬੰਦ ਕਰਾਉਣ ਦਾ ਵੀ ਕਿਤੇ ਨਾ ਕਿਤੇ ਡਾਕਟਰਾਂ ਦਾ ਇਹ ਹੈ ਵੀ ਉਹ ਸਾਨੂੰ ਚੀਜ਼ ਪਿਓਰ ਨਹੀਂ ਮਿਲਦੀ, ਡਾਕਟਰ ਕਹਿੰਦੇ ਨੇ ਜੀ ਫਰੂਟ ਖਾ ਲਓ, ਡੇਅਰੀ ਪ੍ਰੋਡਕਟ ਨਾ ਖਾਇਓ, ਸਾਰੇ ਕਹਿੰਦੇ ਨੇ ਨਾ ਡਾਕਟਰ ਵੀ ਸੁਆਇਟ ਆ ਰਹੀ ਹੈ ਬੋਡੀ 'ਤੇ, ਡੇਅਰੀ ਪ੍ਰੋਡਕਟ ਬੰਦ ਕਰ ਦਿਉ, ਉਹ ਕਰ ਦਿਉ। ਮੈਂ ਚਾਹੁੰਦੀ ਹਾਂ ਜੀ ਦੁੱਧ ਜੇ ਤੁਸੀਂ ਘਰ ਦਾ ਪੀਓਗੇ, ਬੱਚਿਆਂ ਨੂੰ ਪਿਲਾਓਗੇ, ਸਭ ਤੋਂ ਜ਼ਿਆਦਾ ਬੈਸਟ ਖੁਰਾਕ ਹੈ, ਪ੍ਰੋਟੀਨ ਫੈਟ ਕਾਰਬੋਹਾਈਡਰੇਟ ਤਿੰਨੇ ਚੀਜ਼ਾਂ ਇਹਦੇ ਵਿੱਚੋਂ ਮਿਲਦੀਆਂ ਨੇ। ਅਤੇ ਦੁਬਾਰਾ ਫਿਰ ਉਹਨਾਂ ਭੈਣਾਂ ਨੂੰ ਸਲੂਟ ਹੈ ਜਿਨ੍ਹਾਂ ਦੇ ਘਰ ਵਿੱਚ 8-8 10 ਮੱਝਾਂ ਖੜੀਆਂ ਨੇ, ਕਾੜ੍ਹਨੀ ਵਿੱਚ ਦੁੱਧ ਰੱਖਿਆ ਜਾਂਦਾ ਅਤੇ ਸਵੇਰੇ ਉਹ ਦੁੱਧ ਨੂੰ ਰਿੜਕਿਆ ਜਾਂਦਾ, ਤਾਜ਼ਾ ਮੱਖਣ ਖਾਧਾ ਜਾਂਦਾ, ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਉਹਨਾਂ ਦਾ। ਚਲੋ ਜੀ ਆਪਾਂ ਕੰਮ ਕਰ ਲਈਏ। ਟਮਾਟਰ ਦੀ ਚਟਣੀ ਹੈ, ਉਹ ਤਾਂ ਉਹਦੀ ਕੁੱਟ ਕੇ ਰੱਖਦੀ ਹੈ। ਬੱਦਲਵਾਈ ਵਾਲਾ ਮੌਸਮ ਬੜਿਆ ਪਿਆ, ਗਰਮੈਸ਼ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਜੀ, ਨੇ ਗਰਮੈਸ ਹੋਈ ਪਈ ਹੈ, ਗਰਮੀ ਜੀ ਲੱਗ ਰਹੀ ਹੈ। ਕਣਕਾਂ ਤਾਂ 4 ਦਾਣੇ ਇਕੱਠੇ ਕਰ ਲਈਏ, ਦੁਬਾਰਾ ਬਪਾਈ ਚੱਲੇ, ਤੂੜੀ ਹੋ ਇੱਕ ਵਾਰੀ ਅੰਦਰ ਆ ਜਾਏ ਦਾਣੇ, ਕਣਕ ਵੀ ਜੇ ਹੋ ਜਾਏ, ਕਣਕ ਸਾਂਭੀ ਜਾਵੇ।
ਜੀਰੀਆਂ ਵੇਲੇ ਪਾਉਂਦਾ ਨਹੀਂ, ਜਦੋਂ ਮੀਂਹ ਦੀ ਲੋੜ ਹੁੰਦੀ ਹੈ ਉਦੋਂ ਬਚਾ ਕੇ ਰੱਖ ਦਿੰਦਾ। ਦੇਖੋ ਬੱਦਲ ਕਿੰਨੇ ਕੁ ਪੈਣੇ, ਮੈਨੂੰ ਵੀਰ ਵੀਰ ਉਠਾਉਂਦੇ ਵੀ ਰੋਟੀ ਰੁਟੀ ਖਾ ਲਓ, ਬਸ ਸਬਜ਼ੀ ਬਣਨ ਵਾਲੀ ਹੈ। ਗੁਰਲੀਨ ਲਾਈਟਾਂ ਬੰਦ ਕਰ, ਬੁਟੀਕ ਦੀ ਉਹੀ ਚੱਲੀਆਂ ਵਾਧੂ ਬਿੱਲ ਪਾਇਆ। ਲਓ ਜੀ ਰੋਟੀ ਆਪਾਂ ਖਾ ਲਈ, ਘੁੱਟ ਚਾਹ ਦੀ ਆਪਾਂ ਪੀਂਦੇ ਹਾਂ। ਮੈਂ ਪ੍ਰਿੰਟਰ ਸੂਟਾਂ ਦੀ ਵੀਡੀਓ ਬਣਾ ਦਾਂ ਅਤੇ ਇਹ ਵੀਡੀਓ ਤੁਹਾਨੂੰ ਪੰਜਾਬੀ ਕੋਰਨਰ 'ਤੇ ਮਿਲ ਜੂਗੀ। ਇਹ ਉਹ ਪ੍ਰਿੰਟ ਨੇ ਜੀ, ਕਾਫੀ ਕਸਟਮਰ ਕਹਿੰਦੇ ਨੇ ਹੈ ਨਾ, ਨਾ ਤਾਂ ਵੀ ਰੇਟ ਘੱਟ ਹੋਵੇ ਨਾ ਬਿਨਾਂ ਲੋਨ ਤੋਂ ਪੈ ਜਾਣਾ, ਇਹ ਬਿਨਾਂ ਲਾਈਨਿੰਗ ਤੋਂ ਪੈ ਜਾਣਗੇ, ਪਰ ਪ੍ਰਿੰਟ ਵਧੀਆ ਹੋਊਗਾ। ਕੋਈ ਏ ਕੇ ਟੈਕਸ ਨਹੀਂ, ਕੋਈ ਐੱਸ ਕੇ ਨਹੀਂ ਹੈਗੇ, ਵਧੀਆ ਮਿੱਲ ਦਾ ਮਾਲ ਹੈ, ਰੇਟ ਵੀ ਠੀਕ ਹੈ ਇਹਨਾਂ ਦਾ ਅਤੇ ਪ੍ਰਿੰਟ ਵੀ ਸੋਹਣੇ ਨੇ। ਅਤੇ ਅਗਲੀ ਗੱਲ ਇਹ ਹੈ ਬਿਨਾਂ ਲਾਈਨਿੰਗ ਤੋਂ ਪੈ ਜਾਣਗੇ ਅਗਰ ਤੁਸੀਂ ਇੰਡੀਆ ਦੇ ਵਿੱਚ ਸਿਲਾਈ ਕਰਵਾਉਂਦੇ ਹੋ, ਜੇ ਤੁਸੀਂ ਬਾਹਰ ਕਰਵਾਉਂਦੇ ਹੋ ਫਿਰ ਅਸੀਂ ਲਾਈਨਿੰਗ ਲਾ ਦਿੰਦੇ ਹੁੰਦੇ ਹਾਂ, ਕਿਉਂਕਿ ਇੰਡੀਆ ਦੀ ਗਰਮੀ ਹੋਰ ਹਿਸਾਬ ਦੀ ਹੁੰਦੀ ਹੈ। ਜਦੋਂ ਤੁਹਾਡੇ ਕੋਲ ਵੀਡੀਓ ਆਊਗੀ, ਵਲੌਗ ਆਊਗਾ, ਉਦੋਂ ਪੰਜਾਬੀ ਕੋਰਨਰ 'ਤੇ ਵੀਡੀਓ ਪੈ ਗਈ ਹੋਣੀ, ਲਿੰਕ ਮੈਂ ਤੁਹਾਨੂੰ ਕਮੈਂਟਸ ਦੇ ਵਿੱਚ ਦੇ ਦੂੰਗੀ, ਠੀਕ ਹੈ। ਜੇ ਨਹੀਂ ਦੇਖੀ ਵੀਡੀਓ ਤਾਂ ਦੇਖ, ਮੈਚਿੰਗ ਸੂਟ ਵੀ ਨੇ, ਦੁਪੱਟੇ ਵਾਲੇ ਵੀ ਨੇ। ਆਪਾਂ ਕੰਮ ਚਲਾ ਲੈਂਦੇ ਹਾਂ, ਫਿਰ ਹੌਲੀ ਹੌਲੀ ਫਿਟਿੰਗ ਹੋ ਜਾਵੇ। ਕੱਲ ਫਿਰ ਉਹਨੂੰ ਟਾਇਰ ਨਾ ਸਮਝਾਉਣ, ਫਿਰ ਵੀਡੀਓ ਕਾਲ 'ਤੇ ਸਮਝਾਏ। ਮੈਂ ਤੁਸੀਂ ਇਹਦੇ ਕੋਲੇ ਖੜੋ, ਜਦੋਂ ਆਪਦੇ ਬੰਦਾ ਖਿੱਚਾ ਕੇ ਆਏ ਹੋਣ, ਕਹਿੰਦੇ ਸਾਹਮਣੇ ਨੂੰ ਖਿੱਚਾ, ਸਾਹਮਣੇ ਤਾਂ ਮੈਂ ਖਿੱਚਣਾ ਨਹੀਂ, ਆਪਣਾ ਕੰਧ ਦੇ ਨਾਲ ਨਾ ਧੱਕਣਾ ਹੁੰਦਾ ਕਰਦੇ ਆਪਦੇ ਬੰਦੇ ਅੱਗੇ ਦੇ ਵਿੱਚ। ਹਾਂ ਲੈ ਆਪਣਾ ਉਹ ਪਾਰਸਲ, ਮਨਵੀਰ ਧਾਮ ਦਿਓ ਕੱਪੜੇ ਸੈੱਟ ਕਰਕੇ ਇਹਦੇ ਨੂੰ ਪਨੀਰ ਲੂ ਮਾਰ ਲਓ, ਸਾਫ ਕਰ ਲਓ ਪਹਿਲਾਂ ਸਾਰੇ। ਦੇਖੀ ਨਾ ਜਿਹੜੀ ਮਾਰਿਆ ਮੁੜ ਕੇ ਬੈਠ ਲੱਗ। ਕਰਦੇ ਸੀ ਕਰਦੇ ਹੌਲੀ ਹੋਰ ਨਵਾਂ ਸਮਾਨ ਆ ਗਿਆ ਆਪਣੀ ਬੁਟੀਕ ਦਾ। ਉਹ ਛੋਟੀਆਂ ਨੇ ਉਹਦੇ ਨਾਲੋਂ, ਵੱਡੀ ਲੱਗਦੀ ਮੈਨੂੰ ਉਹਦੇ ਨਾਲ, ਛੋਟੀ ਹੈ। ਕਿੰਨੀਆਂ ਸੈਲਫਾਂ ਨੇ ਉਹ 'ਚ ਮਨਵੀਰ? ਇੱਕ ਵੱਧ ਹੈ ਅਤੇ ਥੋੜ੍ਹਾ ਹੀ ਵੱਧ ਹੈ, 6 ਨੇ ਉੱਪਰਲੀ ਸਣੀ, ਉਹ 'ਚ ਆਹ ਸਪੇਸ ਵੱਧ ਹੈ ਹੈ ਨਾ, ਇਹਦੀ ਚੌੜਾਈ ਵੱਧ ਹੈ, ਉਹਦੀ ਚੌੜਾਈ ਘੱਟ ਹੈ। ਇਹ 'ਚ ਆਪਣੇ ਤਿੰਨ ਸੂਟ ਲਿਫਾਫਿਆਂ ਵਾਲੇ ਚੁੰਮਤੇ ਹੋਏ, ਤਿੰਨ ਟਿੱਕ ਜਿਆ ਕਰਨੇ, ਉਹ ਜੀ ਕਸੂੜ ਕਸੂੜ ਕੇ ਧਰੇ ਹੋਣ, ਕਸੂੜ ਕਸੂੜ ਕੇ।
ਪੰਜਾਬੀ ਕਸੂਰ ਮਸੂਰ ਕੇ ਜੋ ਵੀ ਹੈ ਸ਼ੌਕ ਕਰਨਾ। ਇਹਨਾਂ ਨੂੰ ਦੋਨਾਂ ਨੂੰ ਇਕੱਠੇ ਕਰਕੇ ਨਾ ਇੱਕ ਨਟ ਪਾ ਦਾਂਗੇ ਇੱਥੇ ਇੱਕ ਇਕੱਠੇ ਕਰ ਲੈ ਮਸੂਰ ਨਾਲ ਸੁਣਗੇ ਨਾਲ ਲਾ ਕੇ ਧਰ ਦੋ ਇਕੱਠੀ ਨੇ। ਹਾਂਜੀ ਕਿੰਨੀ ਸੇਵਾ 150 ਗੁੱਲੀ ਜਾਂ ਪੁੱਤ ਲਿਆ ਜਾ ਕੇ ਪਾਰਸਲ ਆ ਮੇਰਾ ਕਮੀਜ਼ ਨਾ ਭੁੱਲਿਓ ਜਾਂਦੇ।